मेरे प्यारे फतेहगढ़ निवासियों, आपां हर बुधवार मिलते हैं। मैं थोड़े रूबरू हुंनी हां, उस दी लड़ी दे विच ही अज मैं थोड़े नाल एक जरूरी जिहड़ी हैगी है सुझाव वह शेयर करना चाहूंगी। जिहड़ी इस सोसाइटी दे विच साडियां एक गलत विरोधी अंसर हैं जिहड़े या कुछ शरारती अपने सोसाइटी दे बंदे डिफरेंट सोशल मीडिया दे माध्यम नाल गलत अफवाहां उड़वा रहे हैं कि जिहड़ा हैगा टेस्ट जिहड़े हैगे आ तुसीं आपदी सैंपलिंग ना दो। मैं उस चीज़ दा थोनू ये दसना चाहनी हाँ एक जिम्मेवार ऑफिसर और जिम्मेवार नागरिक होने के नाते कि तुसीं इह जिहड़ियां अफवाहां हैगियां इन्हां नूं तुसीं इग्नोर करो ते जिहड़ी एक जिम्मेवार नागरिक होण दी आपदी जिहड़ी हैगी है वह समझो तुसीं ते इस नूं अगे आके अपने जिहड़े हैगे आ तुसीं सैंपलिंग वास्ते दूसरिआं नूं भी इनकरेज करो, आप भी अगे आओ। जदों इहदा नुकसान इह हो रिहा कि बंदे नूं ਉਹ ਇਨਫੈਕਟ ਹੋਇਆ ਹੋਇਆ ਬਟ ਉਹ ਇਸ ਜਿਹੜੀ ਅਫਵਾਹ ਨੂੰ ਸੁਣ ਕੇ ਜਾਂ ਗਲਤ ਫਲਤ ਜਿਹੜੀਆਂ ਇਹਨਾਂ 'ਤੇ ਆ ਰਹੀਆਂ ਸੋਸ਼ਲ ਮੀਡੀਆ 'ਤੇ ਉਹਨਾਂ ਵੀਡੀਓਜ਼ ਵਗੈਰਾ ਨੂੰ ਦੇਖ ਕੇ ਉਹ ਅੱਗੇ ਨਹੀਂ ਆ ਰਹੇ। ਜਦੋਂ ਉਹਦੀ ਹਾਲਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਮਜਬੂਰੀ ਵੱਸ ਡਾਕਟਰਸ ਕੋਲ ਜਾਣਾ ਪੈਂਦਾ, ਉਦੋਂ ਫਿਰ ਜਿਹੜੀ ਹੈਗੀ ਆ ਉਹ ਇਨਫੈਕਸ਼ਨ ਜਾਂ ਉਹਦਾ ਡੈਮੇਜ ਇੰਨਾ ਜ਼ਿਆਦਾ ਹੋ ਜਾਂਦਾ ਕਿ ਉਹ ਬੰਦਾ ਫਿਰ ਠੀਕ ਹੋਣ ਦੀ ਉਹਦੇ ਚਾਂਸਿਸ ਘੱਟ ਜਾਂਦੇ ਆ। ਮੈਂ ਤੁਹਾਨੂੰ ਇਹ ਇੱਕ ਫਿਗਰ ਸ਼ੇਅਰ ਕਰਨੀ ਚਾਹੁੰਦੀ ਹਾਂ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਜਿਹੜੇ ਪੋਜ਼ਿਟਿਵ ਕੇਸਿਸ ਆਏ ਆ ਉਹ 1149 ਜਿਹਦੇ ਵਿੱਚੋਂ 877 ਬੰਦੇ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਆ। ਸੋ ਗਵਰਨਮੈਂਟ ਨੇ ਹੁਣ ਇੱਕ ਲੋਕਾਂ 'ਚ ਵੀ ਇਹ ਜਿਹੜਾ ਖਦਸ਼ਾ ਪੈਦਾ ਹੋ ਗਿਆ ਉਸ ਕਰਕੇ ਸਾਨੂੰ ਇਹ ਇੰਸਟਰਕਸ਼ਨਸ ਆ ਗਈਆਂ ਕਿ ਤੁਸੀਂ ਜਿਹੜੇ ਬੰਦੇ ਆਪਣੇ ਘਰਾਂ ਦੇ ਵਿੱਚ ਇਕਾਂਤਵਾਸ ਹੋ ਸਕਦੇ ਆ ਉਹ ਆਪਣਾ ਜਦੋਂ ਪੋਜ਼ਿਟਿਵ ਤੁਹਾਡਾ ਰਿਜ਼ਲਟ ਜੇ ਆ ਜਾਂਦਾ ਤੁਸੀਂ ਆਪਣੇ ਘਰ ਦੇ ਵਿੱਚ ਹੀ ਉਹਨਾਂ ਪੀਰੀਅਡ ਜਿੰਨਾ ਗਵਰਨਮੈਂਟ ਨੇ ਕਿਹਾ ਮੈਡੀਕਲ ਹੈਲਥ ਵਾਲਿਆਂ ਨੇ ਆਪਦੀਆਂ ਇੰਸਟਰਕਸ਼ਨਸ ਜਾਰੀ ਕੀਤੀਆਂ ਹੋਈਆਂ ਉਹਦੇ ਤਾਬੇ ਉਹਨਾਂ ਟਾਈਮ ਤੁਸੀਂ ਆਪਣੇ ਘਰ ਵਿੱਚ ਹੀ ਇਕਾਂਤਵਾਸ ਹੋ ਸਕਦੇ ਹੋ। ਫਿਰ ਤਾਂ ਤੁਹਾਨੂੰ ਕਿਸੇ ਤਾਂ ਹੀ ਕੋਈ ਗਿਲਾ ਜਾਂ ਸ਼ਿਕਵਾ ਨਹੀਂ ਹੈ, ਤੁਸੀਂ ਪ੍ਰੋਪਰਲੀ ਆਪਦਾ ਉਹਨਾਂ ਟਾਈਮ ਕਰਕੇ ਜਿੰਨਾ ਜੋ ਟ੍ਰੀਟਮੈਂਟ ਹੈ ਉਹ ਲਓ ਅਤੇ ਆਪਦਾ ਠੀਕ ਹੋ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਤੋਰੋ। ਜਿਹੜੀ ਇਹ ਤੁਸੀਂ ਨਾ ਅੱਗੇ ਆਉਣਾ ਸਾਡੇ ਲਈ ਪ੍ਰੋਬਲਮ ਕ੍ਰੀਏਟ ਤੁਹਾਡੇ ਲਈ ਵੀ ਹੋ ਰਹੀ ਹੈ ਸਾਡੇ ਲਈ ਵੀ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ। ਇੱਕ ਮੈਂ ਤੁਹਾਨੂੰ ਹੋਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ, ਜਿਹੜਾ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਆਫਿਸ ਹੈ ਇਹਦੇ ਡਿਫਰੈਂਟ ਸੋਸ਼ਲ ਮੀਡੀਆ ਉਹ ਲਿੰਕਸ ਹੈਗੇ ਆ, ਫੇਸਬੁੱਕ ਹੈ ਤੁਹਾਡਾ, ਟਵਿੱਟਰ ਹੈ ਤੁਹਾਡਾ, ਇੰਸਟਾਗ੍ਰਾਮ ਅਕਾਊਂਟ ਹੈਗਾ, ਇਹਨਾਂ ਦੇ ਵਿੱਚ ਤੁਸੀਂ ਲਿੰਕਸ ਹੈਗੇ ਉਹਦੇ 'ਚ ਤੁਹਾਨੂੰ ਪ੍ਰੋਪਰ ਜਿਹੜੀਆਂ ਲੇਟੈਸਟ ਹਦਾਇਤਾਂ ਹੈਗੀਆਂ ਉਹ ਅਵੇਲੇਬਲ ਹੈ। ਤੁਸੀਂ ਆਪਣਾ ਜੇ ਕੋਈ ਕਨਫਿਊਜ਼ਨ ਹੈਗਾ ਮਿਹਰਬਾਨੀ ਕਰਕੇ ਉਹਨੂੰ ਰੈਫਰ ਕਰੋ ਅਤੇ ਉਹਦੇ ਤੋਂ ਆਪਣੀਆਂ ਲੇਟੈਸਟ ਇੰਸਟਰਕਸ਼ਨਸ ਤੋਂ ਜਾਣੂ ਹੋ ਜਾਓ ਅਤੇ ਰਿਸਪੋਂਸੀਬਲ ਸਿਟੀਜ਼ਨ ਬਣ ਕੇ ਦਿਖਾਓ। ਇਹ ਮੇਜਰ ਅੱਜ ਮੇਰੀ ਤੁਹਾਡੇ ਨਾਲ ਇਸ ਇਸ਼ੂ 'ਤੇ ਹੀ ਗੱਲਬਾਤ ਸੀਗੀ। ਅੱਛਾ, ਇਸ ਦੇ ਦੌਰਾਨ ਮੈਨੂੰ ਕਈ ਸਵਾਲ ਪੁੱਛੇ ਜਾਂਦੇ ਆ। ਇੱਕ ਸਵਾਲ ਇੱਕ ਫਤਿਹਗੜ੍ਹ ਸਾਹਿਬ ਦੀ ਲੜਕੀ ਹੈ ਨਵਦੀਪ ਕੌਰ, ਉਹਨੇ ਪੁੱਛਿਆ ਕਿ ਜਿਹੜੀਆਂ ਫੋਰਨ ਟਰੈਵਲਰਸ ਹੈ NRIs ਉਹਨਾਂ ਵਾਸਤੇ ਕੋਈ ਇੰਸਟਰਕਸ਼ਨਸ ਚੇਂਜ ਹੋਈਆਂ। ਬਿਲਕੁਲ ਨਹੀਂ, ਉਹਨਾਂ ਦੀਆਂ ਇੰਸਟਰਕਸ਼ਨ ਸੇਮ ਹੀ ਹੈ ਵੀ 96 ਘੰਟੇ ਇੱਥੇ ਲੈਂਡ ਕਰਨ ਤੋਂ ਪਹਿਲਾਂ ਬੈਕਵਰਡ ਉਹ ਬੰਦੇ ਕੋਲ ਆਪਣਾ ਨੈਗੇਟਿਵ ਟੈਸਟ ਰਿਪੋਰਟ ਚਾਹੀਦੀ ਹੈ ਤਾਂ ਉਹ ਆਪਣੇ ਘਰ ਦੇ ਵਿੱਚ ਇਕਾਂਤਵਾਸ ਹੋ ਸਕਦਾ। ਅੱਛਾ, ਦੂਸਰਾ ਜਿਹੜਾ ਹੁਣ ਗਵਰਨਮੈਂਟ ਨੇ, ਕਿਉਂਕਿ ਇਹ ਇਸ ਚੀਜ਼ ਦਾ ਜਿਹੜਾ ਪੀਕ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ, ਉਸ ਕਰਕੇ ਜਿਹੜੀਆਂ ਇੰਸਟਰਕਸ਼ਨਸ ਪਹਿਲਾਂ ਚੱਲ ਰਹੀਆਂ ਸੀ 31 ਅਗਸਤ ਤੱਕ ਉਹ 30 ਸਤੰਬਰ ਤੱਕ ਵਧਾ ਦਿੱਤੀਆਂ ਗਈਆਂ ਅਤੇ ਮੈਂ ਸਾਰੇ ਸਿਟੀਜ਼ਨਸ ਤੋਂ ਐਕਸਪੈਕਟ ਕਰੂੰਗੀ ਕਿ ਇਹਨੂੰ ਅੱਛੇ ਤਰੀਕੇ ਨਾਲ ਫੋਲੋ ਕਰੀਏ। ਇੱਕ ਕਿਸੇ ਨੇ ਸੁਝਾਅ ਦਿੱਤਾ, ਮਿਸਟਰ ਦਿਨੇਸ਼ ਕੁਮਾਰ ਹੈ ਬੱਸੀ ਪਠਾਣਾ ਦੇ, ਉਹਨਾਂ ਨੇ ਕਿਹਾ ਵੀ ਇਹਦੇ ਦੌਰਾਨ ਜਿਹੜੀਆਂ ਮਠਿਆਈ ਦੀਆਂ ਦੁਕਾਨਾਂ ਜਾਂ ਇਸ ਤਰ੍ਹਾਂ ਦੇ ਉਹ ਅਸੀਂ ਉਹਨਾਂ ਦੀ ਸੈਂਪਲਿੰਗ ਕਰਵਾਈਏ। ਤੁਹਾਡਾ ਸੁਝਾਅ ਵੈਲ ਟੇਕਨ ਹੈ, ਮੈਂ ਇਹ ਚੀਜ਼ 'ਤੇ ਵਰਕਆਊਟ ਕਰਕੇ ਇਹਦਾ ਵੀ ਕੰਮ ਸ਼ੁਰੂ ਕਰ ਦੂੰਗੀ। ਸੋ ਇੱਕ ਵਾਰੀ ਫਿਰ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਜਿਹੜੀ ਸੈਂਪਲਿੰਗ ਦੇ ਵਿੱਚ ਘਬਰਾਓ ਨਾ, ਸੋਸ਼ਲ ਮੀਡੀਆ 'ਤੇ ਜਿਹੜੀ ਗਲਤ ਇਨਫੋਰਮੇਸ਼ਨ ਜਾ ਰਹੀ ਹੈ ਉਹਨੂੰ ਨਾ ਫੋਲੋ ਕੀਤਾ ਜਾਵੇ ਅਤੇ ਆਪਣਾ ਸੈਂਪਲ ਕਰਵਾਓ ਅਤੇ ਜੇ ਬਾਈ ਚਾਂਸ ਤੁਸੀਂ ਪੋਜ਼ਿਟਿਵ ਹੋ ਉਹਦਾ ਵੀ ਕੋਈ ਇਹ ਨਹੀਂ ਹੈ, ਤੁਸੀਂ ਟ੍ਰੀਟ ਹੋ ਕੇ ਚੰਗੇ ਭਲੇ ਆਪਣੀ ਨੋਰਮਲ ਜ਼ਿੰਦਗੀ ਜਿਉਂ ਸਕਦੇ ਹੋ। ਥੈਂਕ ਯੂ ਵੈਰੀ ਮੱਚ, ਜੈ ਹਿੰਦ।